ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਤੁਸੀਂ ਵੇਖ ਰਹੇ ਹੋ ਦੇਸੀ ਚੈਨਲ ਤੇ ਇੱਕ ਵਾਰ ਫਿਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਪੰਜਾਬੀ ਇੰਡਸਟਰੀ ਦੇ ਨਾਲ ਜੁੜੀ ਹੋਈ ਲੇਟੈਸਟ ਅਪਡੇਟ ਵਲ ਇਹ ਅਪਡੇਟ ਰਿਲੇਟਡ ਹੈ ਇੱਕ ਕਮਾਲ ਦੀ ਕੋਲਾਬੋਰੇਸ਼ਨ ਦੇ ਨਾਲ ਜਿਸ ਦਾ ਬੇਸਬਰੀ ਨਾਲ ਸਭ ਨੂੰ ਇੰਤਜ਼ਾਰ ਹੈ ਸੋ ਕੋਲਾਬੋਰੇਸ਼ਨ ਦੇ ਇੱਕ ਇੱਕ ਆਰਟਿਸਟ ਬਾਰੇ ਬਾਰੀ ਬਾਰੀ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਦੱਸ ਦਈਏ ਗੱਲ ਕਰਦੇ ਆ ਜੈਸਮਿਨ ਸੈਂਡਲਸ ਦੀ ਇੱਕ ਵੱਖਰੀ ਜਨਰ ਦੇ ਇੱਕ ਵੱਖਰੀ ਔਰਾ ਦੀ ਸਿੰਗਰ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਤੇ ਜੈਸਮਿਨ ਸੈਂਡਲਸ ਟਾਪ ਫੀਮੇਲ ਸਿੰਗਰਸ ਦੇ ਵਿੱਚੋਂ ਇੱਕ ਆਉਂਦੇ ਨੇ ਦੱਸਦੀ ਹੈ ਕਿ ਜੈਸਮੀਨ ਸੈਂਡਲਸ ਦਾ ਇੱਕ ਅਲੱਗ ਹੀ ਜਨਰ ਇੱਕ ਅਲੱਗ ਹੀ ਔਰਾ ਹੈ ਜਿਸ ਅੰਦਾਜ਼ ਨਾਲ ਉਹ ਆਪਣੇ ਆਪ ਨੂੰ ਪੇਸ਼ ਕਰਦੇ ਨੇ ਗਾਉਂਦੇ ਨੇ ਜਾਂ ਫਿਰ ਜਿਸ ਤਰੀਕੇ ਨਾਲ ਆਪਣੀਆਂ ਲੁਕਸ ਨੂੰ ਮੋਲਡ ਕਰ ਲੈਂਦੇ ਨੇ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਪਸੰਦ ਆਉਂਦੀਆਂ ਨੇ ਤੇ ਜਿਸ ਤੋਂ ਵੀ ਪਤਾ ਲੱਗਦਾ ਹੈ ਕਿ ਜੈਸਮੀਨ ਸੈਂਡਲਸ ਹੀ ਕਾਫੀ ਓਪਨ ਮਾਈਂਡਡ ਤੇ ਮਾਡਰਨ ਵਿਚਾਰਾਂ ਦੇ ਨੇ ਵੈਲ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਜੈਸਮੀਨ ਸੈਂਡਲਸ ਦੀ ਆਉਣ ਵਾਲੀ ਕੋਲਾਬੋਰੇਸ਼ਨ ਦੀ ਤੇ ਕਾਫੀ ਸਪੈਸ਼ਲ ਹੋਣ ਵਾਲੀ ਹੈ ਤੇ ਇਹ ਗੀਤ ਦਾ ਨਾਮ ਹੈ ਜੀ ਇਤਰ ਤੇ ਇਤਰ ਗੀਤ ਦੇ ਜੈਸਮੀਨ ਸੈਂਡਲਸ ਕੋਲਾਬ ਕਰਨ ਵਾਲੇ ਨੇ ਅੱਜ ਦੇ ਗਾਲਿਬ ਕਏ ਜਾਣ ਵਾਲੇ ਜਾਨੀ ਦੇ ਨਾਲ ਜੀ ਹਾਂ ਜਾਨੀ ਦੇ ਲਿਖੇ ਹੋਏ ਗੀਤ ਨੂੰ ਜੈਸਮੀਨ ਸੈਂਡਲਸ ਗਾਉਣਗੇ ਤੇ ਮੋਸਟ ਅਵੇਟਡ ਕੋਲਾਬੋਰੇਸ਼ਨਸ ਦੇ ਵਿੱਚੋਂ ਇੱਕ ਹੈ ਕਿਉਂਕਿ ਇਹ ਦੋਵੇਂ ਹੀ ਆਰਟਿਸਟ ਆਪਣੀ ਆਪਣੀ ਜਗ੍ਹਾ ਕਾਫੀ ਜ਼ਿਆਦਾ ਟੈਲੈਂਟਡ ਨੇ ਤੇ ਦੋਹਾਂ ਦਾ ਇੱਕ ਫੈਨ ਬੇਸ ਹੈ ਇਸ ਤੋਂ ਇਲਾਵਾ ਸਾਥ ਨਿਭਾਉਣਗੇ ਬੀਪਰਾਗ ਯਾਨੀ ਕਿ 뮤직 ਹੋਵੇਗਾ ਬੀਪਰਾਗ ਦਾ ਜਾਨੀ ਦੀ ਕਲਮ ਤੇ ਬੀਪਰਾਗ ਦਾ 뮤직 ਜਦੋਂ ਮਿਲਦੇ ਨੇ ਤੇ ਹਮੇਸ਼ਾ ਹੀ ਮਾਸਟਰਪੀਸ ਨਿਕਲ ਕੇ ਆਉਂਦਾ ਹੈ ਤੇ ਹੁਣ ਤੇ ਇਹਨਾਂ ਦੇ ਨਾਲ Jasmine Sandles ਦੀ ਆਵਾਜ਼ ਵੀ ਮਿਲ ਜਾਣੀ ਹੈ ਸੋ ਉਮੀਦ ਕਰ ਸਕਦੇ ਆ ਕਿ ਮਾਸਟਰਪੀਸ ਤੋਂ ਵੀ ਕੁਝ ਅਬਵ ਸਾਨੂੰ ਵੇਖਣ ਨੂੰ ਤੇ ਸੁਣਨ ਨੂੰ ਮਿਲ ਸਕਦਾ ਹੈ ਤੇ ਜੇ ਵੇਖਣ ਦੀ ਗੱਲ ਕਰੀਏ ਵੀਡੀਓ ਦੇ ਮਾਮਲੇ ਦੇ ਵਿੱਚ ਵਨ ਆਫ ਦਾ ਬੈਸਟ ਵੀਡੀਓ ਡਾਇਰੈਕਟਰਸ ਨੇ Song ਦੇ ਵਾਸਤੇ ਅਰਵਿੰਦਰ ਖਹਿਰਾ ਅਰਵਿੰਦਰ ਖਹਿਰਾ ਬੀਪਰਾਕ ਤੇ ਜਾਨੀ ਨੇ ਇਕੱਠਿਆਂ ਕਈ ਗਾਣੇ ਕੀਤੇ ਨੇ ਜਿਵੇਂ ਕਿ ਫਿਲਹਾਲ ਗਾਣਾ ਹੋਵੇ ਬਹੁਤ ਸਾਰੇ ਗਾਣੇ ਹਜੇ ਕੀਤੇ ਨੇ ਜੋ ਕਿ ਮਾਸਟਰਪੀਸ ਬਣ ਕੇ ਨਿਕਲੇ ਨੇ ਤੇ ਇੱਕ ਵਾਰ ਫਿਰ ਤੋਂ ਇਹ ਤਿੰਨੇ Jasmine Sandles ਦੇ ਨਾਲ ਆ ਰਹੇ ਨੇ ਸੋ ਚਾਰ ਚੰਦ ਲੱਗ ਜਾਣੇ ਨੇ ਕਿਉਂਕਿ ਜਾਨੀ ਬੀ ਪ੍ਰਾਕ ਤੇ ਅਰਵਿੰਦਰ ਖੈਰਾ ਦਾ ਕੰਬੀਨੇਸ਼ਨ ਹਮੇਸ਼ਾ ਕੁਝ ਨਵਾਂ ਤੇ ਵੱਖਰਾ ਲੈ ਕੇ ਆਉਂਦਾ ਤੇ ਹੁਣ ਇਹਨਾਂ ਦਾ ਸਾਥ ਨਿਭਾ ਰਹੀ ਹੈ ਗੁਲਾਬੀ ਕੁਇਨ ਯਾਨੀ ਕਿ ਜੈਸਮਿਨ ਸੈਂਡਲਸ ਸੋ ਉਮੀਦਾਂ ਕਾਫੀ ਜ਼ਿਆਦਾ ਵੱਧ ਚੁੱਕੀਆਂ ਨੇ ਇਹ ਗਾਣਾ ਰਿਲੀਜ਼ ਹੋਣ ਵਾਲਾ ਹੈ ਦੇਸੀ ਮੈਲੋਡੀਜ਼ ਦੇ ਬੈਨਰ ਥੱਲੇ ਯਾਨੀ ਕਿ ਦੇਸੀ ਮੈਲੋਡੀਜ਼ ਇਹਨਾਂ ਨੂੰ ਪ੍ਰੈਜ਼ੈਂਟ ਕਰ ਰਹੇ ਨੇ ਇਸ YouTube ਚੈਨਲ ਤੇ ਸਾਨੂੰ ਇਹ ਗੀਤ ਸੁਣਨ ਨੂੰ ਤੇ ਦੇਖਣ ਨੂੰ ਮਿਲੇਗਾ ਦੱਸ ਦਈਏ ਕਿ ਇਹ ਗੀਤ 7 ਮਾਰਚ 2023 ਨੂੰ ਰਿਲੀਜ਼ ਹੋਣ ਵਾਲਾ ਯਾਨੀ ਕਿ ਕੁਝ ਹੀ ਦਿਨਾਂ ਦਾ ਇੰਤਜ਼ਾਰ ਰਹਿ ਗਿਆ ਹੁਣ ਵੇਖਣਾ ਹੋਵੇਗਾ ਕਿ ਇਹ ਗੀਤ ਦੇ ਵਿੱਚ ਸਾਨੂੰ ਜੈਸਮਿਨ ਸੈਂਡਲਸ ਦਾ ਕਿਹੜਾ ਅੰਦਾਜ਼ ਨਜ਼ਰ ਆਉਂਦਾ ਕਿਉਂਕਿ ਪੋਸਟਰ ਦੇ ਉੱਤੇ ਜੈਸਮਿਨ ਸੈਂਡਲਸ ਦੀ ਲੁੱਕ ਕਾਫੀ ਡਿਫਰੈਂਟ ਤੇ ਸੋਹਣੀ ਲੱਗ ਰਹੀ ਹੈ ਇਸ ਤੋਂ ਇਲਾਵਾ ਜੈਸਮਿਨ ਸੈਂਡਲਸ ਨੇ ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਹੋਇਆ ਲਿਖਿਆ ਆਮ ਰੈਡੀ ਟੂ ਰੋਮ ਦਿਸ ਅਰਥ ਲਾਈਕ ਅ ਬਰੀਜ਼ ਇਟ ਇਸ ਕਮਿੰਗ ਆਊਟ ਔਨ 7 ਜਿੰਨਾ ਘੱਟ ਬੋਲਾਂ ਉਹਨਾਂ ਵਧੀਆ ਤੇ ਨਾਲ ਉਹਨਾਂ ਨੇ ਬੀਪ੍ਰਾਗ ਜਾਨੀ ਅਰਵਿੰਦਰ ਖਹਿਰਾ ਦੇ ਸੀ ਮੈਲੋਡੀਜ਼ ਤੇ ਵਾਨੀ ਜੰਦਲ ਨੂੰ ਟੈਗ ਵੀ ਕੀਤਾ ਸੋ ਹੁਣ ਇੰਤਜ਼ਾਰ ਹੈ ਇਸ ਗੀਤ ਦੇ ਰਿਲੀਜ਼ ਹੋਣ ਦਾ ਤੁਹਾਨੂੰ ਕਿੰਨਾ ਇੰਤਜ਼ਾਰ ਹੈ ਦੱਸ ਸਕਦੇ ਦੇ ਵਿੱਚ ਫਿਲਹਾਲ ਦੇ ਲਈ ਬਸ ਸਹੀ ਨਹੀਂ ਤੇ ਪੋਲਵੁੱਡ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓਸ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ